ਇਹਦੇ ਵੀ ਆਪਣੇ ਨਾਮ ਦੇ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਵਾਜ਼ਾ ਖੋਲੋ, ਦਰਵਾਜ਼ਾ ਖੋਲੀ, ਦਰਵਾਜ਼ਾ ਖੋਲੋ, ਦਰਵਾਜ਼ਾ ਬਚਾ ਕੇ ਰਾਮ। ਮਿੱਟੀ ਬਹੁਤ, ਹਵਾ ਉੱਡਣਾ, ਮਿੱਟੀ ਬਹੁਤ ਉੱਡ ਰਹੀ ਹੈ, ਰੇਤਾ ਨਾ ਬਾਹਰ, ਰੇਤਾ ਪਿਆ ਬਾਹਰ, ਬਣ ਰਹੀ ਹੈ ਮਕਾਨ, ਬਣ ਰਹੀ ਨਾ। ਹਾਂ ਇੱਥੇ ਠੀਕ ਹੈ, ਕੰਬਲ ਲਿਆਓ। ਐਵੇਂ ਕਰੋ ਨਾ, ਗੇਟ ਦੇ ਨੀਚੇ ਲਾ ਦਿਓ ਵਾਲਾ, ਇਹਨੂੰ ਖੋਲ ਦਿਓ ਦੂਜੇ ਗੇਟ ਨੂੰ, ਕਿ ਸਿਰ ਦੇ ਗੇਟ ਮਾਰੇ ਆ ਕੇ। ਹਾਂ ਫਲ ਲਿਆ ਦਿਓ ਕੁਛ। ਕੁਰਸੀ ਲਿਆਓ, ਕਾਫੀ ਕਮਜ਼ੋਰੀ ਆ ਗਈ, ਨਹੀਂ ਸੋਹਣਾ ਸਰੀਰ ਤਕੜਾ ਹੋ ਗਿਆ। ਹਾਂ ਉਹ ਚਿਹਰਾ ਜਿਹਾ ਡਾਊਨ ਹੋਇਆ ਵਾ ਕਾਫੀ, ਸੁਸਤੀ ਦੀ ਗੱਲ ਦਿਨ ਇਹ ਚ ਬੰਦੇ ਜੇ ਪੈ ਜੇ ਨਾ ਫਿਰ ਕੰਮ ਦਿਲ ਨਹੀਂ ਕਰਦਾ। ਤੁਸੀਂ ਇਹਨੇ ਰੈਸਟ ਕਰ ਲਿਓ, ਧੁੱਪ ਲਗਾ ਲਓ, ਫਿਰ ਪੱਟੀ ਕਰਾਉਣ ਜਾਵਾਂਗੇ ਫਿਰ, ਠੀਕ ਹੈ ਨਾ, ਥੋੜੀ ਧੁੱਪ ਲਾ ਜਾਣ ਦਿਓ। ਪਾਊਡਰ ਲਾਇਆ ਸੀਗਾ, ਪਾਊਡਰ ਜਿੱਥੇ ਲਾਉਣ ਨਾਲ ਡਾਕਟਰ ਨੇ ਬੇਟੇ ਨਾਲ ਲਾਇਆ ਸੀ ਨਾ ਪਾਊਡਰ, ਜ਼ਖਮ ਸੁੱਕ ਰਿਹਾ ਤਾਂ ਹੀ ਤਾਂ ਕਿ ਖਾਜ ਹੁੰਦੀ ਹੈ। ਹਾਂ ਇਹ ਜਿਹੜਾ ਜ਼ਖਮ ਸੁੱਕਣ ਨਾਲ ਕਰਕੇ ਵੀ ਪਤਾ ਲੱਗਦਾ ਵੀ ਹਾਂ ਵੀ ਜ਼ਖਮ ਸੁੱਕ ਰਿਹਾ ਖਾਜ ਹੋਊਗੀ, ਨਹੀਂ ਨਹੀਂ ਹੁੰਦੀ।
ਜਿਹੜਾ ਬਿਜਲੀ ਵਾਲਾ ਪੋਲ ਨੀ, ਬਿਜਲੀ ਵਾਲਾ ਜਿਹੜੀ ਪਿੱਛੇ ਜਾ ਰਹੀ ਹੈ ਤਾਰ ਆਪਣੀ, 11,000 ਵੋਲਟ ਕਰੰਟ ਹੈ ਉਹ ਚ, ਉਹ ਲਾਈਨ ਉੱਚੀ ਹੋ ਜਾਊ ਪਿੱਛੇ ਜਾ ਰਹੀ ਹਵਾ ਵਧੀਆ। ਇਹ ਬੱਗਾਂ ਫਟ ਜਾਂਦੀਆਂ ਨੇ ਚੜਿਕਣੀ ਨਾਲ ਨੀ। ਇਹਨੂੰ ਸੁੱਕਣੀ ਬਾਅਦ ਵਾਰ ਤੋਂ ਸੁੱਕ ਜੂਗੀ। ਇਹ ਫਿਰ ਇਹ ਸਾਰੀ ਗਿੱਲੀ ਨਾ, ਪੱਗਾਂ ਗਿੱਲੀ ਕਰਦੇ ਸਾਰੀਆਂ। ਧੁੱਪ ਤਾਂ ਬਹੁਤ ਹੈ। हाँ जी हाँ, पौड़ियाँ चढ़नी बड़ी औखिया है, सुक जान दो कोई गल नहीं। दो पौड़ियाँ चढ़ते सह चढ़ जा। हाँ हाँ, एक किन्नी हवा चल रही है, होर। हाँ हाँ, ਹੋਰ ਕੰਮ ਦਾ ਬਹੁਤ ਹੈ। ਇਹ ਜਿਹੜੀ ਤਾਰ ਬੰਨੀ ਠੀਕ ਰਹੀ ਆਪਾਂ ਨਾਲ ਬੰਨਦੀ ਤਾਰ, ਉਹ ਹਲਕੀ ਸੀਗੀ, ਉਹ ਟੁੱਟ ਗਈ ਸੀ ਤਾਂ ਉਦੋਂ। ਇਹ ਬੰਨੀ ਆਪਾਂ ਸਟੀਲ ਵਾਲੀ, ਇਹ ਤਾਰ ਮਜ਼ਬੂਤ, ਹੋਰ ਇਹ ਤਾਰ ਨਾਲ ਮਜ਼ਬੂਤ ਹੈ ਨਾਲ। ਇਹ ਜਿਹੜੀ ਦੂਜੀ ਤਾਰ ਆਉਂਦੀ ਨੇ ਪਲਾਸਟਿਕ ਜਿਹੀ ਵਾਲੀ ਵਿੱਚ, ਇਹਦੇ ਸਿਲਵਰ ਦਾ ਪਾਇਆ ਹੋਇਆ, ਆਪਾਂ ਪਤਲਾ ਪਾਇਆ ਹੋਇਆ, ਚਲਦੀ ਨਹੀਂ ਹੈ। ਸੁੱਕ ਗਈ ਪਏ ਰਹਿਣ ਦੋ ਹਜੇ ਇੱਥੇ, ਤਾਂ ਕੋਈ ਗੱਲ ਨਹੀਂ। ਹਾਂ ਉੱਧਰ ਹਵਾ ਲੱਗ ਜੂ, ਇੱਧਰ ਲੈ ਜਾਓ। ਚਲ ਠੀਕ ਹੈ, ਹਾਂਜੀ ਹਾਂਜੀ। ਠੀਕ ਹੈ ਵਾਹਿਗੁਰੂ ਜੀ, ਇੱਧਰ ਹੁਣ ਚਾਹ ਰੱਖ ਲਈ ਅਤੇ ਦੀਦੀ ਨੂੰ ਨੀਚੇ ਫਰੂਟ ਵਗੈਰਾ ਦੇ ਤਾ, ਅਤੇ ਉੱਪਰ ਹੁਣ ਚਾਹ ਪੀਵਾਂਗੇ। ਚਲੇ ਚਲੋ, ਹੈ ਨਾ, ਰੋਟੀ ਰੋਟੀ ਖਾਧੀ ਹੋਈ ਹੈ, ਚਾਹੇ ਫਰੂਟ ਲੈ ਲਓ, ਚਾਹ ਲੈ ਲਓ, ਆਪਣੀ ਆਪਣੀ ਇੱਛਾ ਹੁੰਦੀ ਹੈ। ਜੇ ਸਿਰ ਸੁਰ ਦੁੱਖਦਾ ਹੋਵੇ ਫਿਰ ਤਾਂ ਚਾਹ ਨੂੰ ਹੀ ਦਿਲ ਕਰਦਾ, ਫਿਰ ਫਰੂਟ ਨੂੰ ਨਹੀਂ ਦਿਲ ਕਰਦਾ। ਗੁਰੂ ਮਹਾਰਾਜ ਸਭ ਦਾ ਭਲਾ ਕਰਨ ਜੀ, ਸਭ ਨੂੰ ਤੰਦਰੁਸਤੀਆਂ ਦੇਣ। ਹੁਣ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ, ਫਿਰ ਅਗਲੀ ਵੀਡੀਓ 'ਚ ਮਿਲਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।